ਅੱਜਕੱਲ ਪੰਜਾਬੀ ਇੰਡਸਟਰੀ ਨੇ ਵਰਲਡ ਵਾਈਡ ਕਬਜ਼ਾ ਕਰਕੇ ਰੱਖਿਆ ਹੋਇਆ ਹੈ। ਅਤੇ ਉੱਥੇ ਹੁਣ ਜੇ ਮੈਂ ਗੱਲ ਕਰਾਂ ਇੱਕ ਪੰਜਾਬੀ ਆਰਟਿਸਟ ਦੀ, ਜਿਨ੍ਹਾਂ ਨੇ ਪਹਿਲਾਂ ਤਾਂ ਬੋਲੀਵੁੱਡ ਵਿੱਚ ਆਪਣੀ ਆਵਾਜ਼ ਅਤੇ ਐਕਟਿੰਗ ਦੇ ਨਾਲ ਸਾਡੇ ਸਾਰਿਆਂ ਦਾ ਦਿਲ ਜਿੱਤਿਆ, ਅਤੇ ਹੁਣ ਉਹ ਬੋਲੀਵੁੱਡ ਵਿੱਚ ਵੀ ਸਾਰਿਆਂ ਦਾ ਦਿਲ ਜਿੱਤ ਰਹੇ ਨੇ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਜੱਸੀ ਗਿੱਲ ਦੀ। ਅਤੇ ਹੁਣ ਜੱਸੀ ਗਿੱਲ ਨਾਲ ਜੁੜੀ ਨਵੀਂ ਅਪਡੇਟ ਇਹ ਹੈ ਕਿ ਤੁਹਾਨੂੰ ਦੱਸ ਦੇ ਕਿ ਜੱਸੀ ਗਿੱਲ ਪਹੁੰਚ ਚੁੱਕੇ ਨੇ ਬਿਗ ਬੌਸ ਦੇ ਘਰ ਵਿੱਚ। ਤੇ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਉਹ ਬਿਗ ਬੌਸ ਦੇ ਘਰ ਵਿੱਚ ਕੀ ਕਰਨ ਗਏ। ਇਸ ਗੱਲ ਦਾ ਜਵਾਬ ਜਾਣਨ ਲਈ ਆਓ ਤੁਸੀਂ ਚੈੱਕ ਕਰੋ ਜੱਸੀ ਗਿੱਲ ਦੀ ਇਹ ਪੋਸਟ। ਆਜ ਹਮ ਗਏ ਥੇ ਬਿਗ ਬੌਸ ਕੇ ਘਰ ਮੇ ਘਰ ਵਾਲੋਂ ਸੇ ਪੰਗਾ ਲੈਣੇ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ, ਜੱਸੀ ਗਿੱਲ ਪਹੁੰਚੇ ਬਿਗ ਬੌਸ ਦੇ ਘਰ ਵਿੱਚ ਪੰਗਾ ਫਿਲਮ ਦੀ ਪ੍ਰਮੋਸ਼ਨ ਕਰਨ ਲਈ। ਤੁਹਾਨੂੰ ਦੱਸ ਦੇ ਕਿ ਜੱਸੀ ਗਿੱਲ ਸਾਨੂੰ 24 ਜਨਵਰੀ ਨੂੰ ਨਜ਼ਰ ਆਉਣ ਵਾਲੇ ਨੇ ਮੂਵੀ ਪੰਗਾ ਦੇ ਵਿੱਚ, ਜਿਸ ਵਿੱਚ ਉਹਨਾਂ ਦੇ ਨਾਲ ਹੋਣਗੇ ਕੰਗਨਾ ਰਨੌਤ। ਤੇ ਇਹਨਾਂ ਦਿਨੀ ਜੱਸੀ ਗਿੱਲ ਅਤੇ ਕੰਗਨਾ ਰਨੌਤ ਬਿਜ਼ੀ ਨੇ ਆਪਣੀ ਇਸ ਮੂਵੀ ਦੀ ਪ੍ਰਮੋਸ਼ਨ ਦੇ ਵਿੱਚ, ਤੇ ਉੱਥੇ ਹੁਣ ਉਹ ਪਹੁੰਚ ਚੁੱਕੇ ਨੇ ਬਿਗ ਬੌਸ ਦੇ ਘਰ ਵਿੱਚ ਆਪਣੇ ਇਸ ਮੂਵੀ ਦੀ ਪ੍ਰਮੋਸ਼ਨ ਕਰਨ ਲਈ। ਹੁਣ ਇਹ ਐਪੀਸੋਡ ਕਦੋਂ ਰਿਲੀਜ਼ ਹੁੰਦਾ ਹੈ ਇਹ ਤੇ ਸਾਨੂੰ ਸਭ ਨੂੰ ਨਹੀਂ ਪਤਾ, ਪਰ ਹੁਣ ਮੈਨੂੰ ਬਹੁਤ ਐਕਸਾਈਟਮੈਂਟ ਹੈ ਇਸ ਐਪੀਸੋਡ ਨੂੰ ਦੇਖਣ ਲਈ ਤੇ ਦੇਖਣ ਲਈ ਕਿ ਜੱਸੀ ਗਿੱਲ ਤੇ ਕੰਗਨਾ ਰਨੌਤ ਉੱਥੇ ਜਾ ਕੇ ਕਰਦਿਆਂ ਦੇ ਨਾਲ ਕਿੰਨੇ ਕੁ ਪੰਗੇ ਲੈਂਦੇ ਨੇ ਤੇ ਕਿੰਨੀ ਕੁ ਇੰਜੋਇਮੈਂਟ ਸਾਨੂੰ ਦੇਖਣ ਨੂੰ ਮਿਲਦੀ ਹੈ। ਇੱਥੇ ਮੈਂ ਤੁਹਾਨੂੰ ਦੱਸ ਦਵਾਂ ਕਿ ਪੰਗਾ ਫਿਲਮ ਬੇਸਡ ਹੈ ਇੱਕ ਕਬੱਡੀ ਪਲੇਅਰ ਦੀ ਲਾਈਫ ਤੇ ਉਹ ਕਬੱਡੀ ਪਲੇਅਰ ਹੋਣਗੇ ਕੰਗਨਾ ਰਨੌਤ, ਤੇ ਉੱਥੇ ਹੀ ਜੱਸੀ ਗਿੱਲ ਹੋਣਗੇ ਉਹਨਾਂ ਦੇ ਹਸਬੈਂਡ। ਤੇ ਤੁਹਾਨੂੰ ਇਹ ਵੀ ਦੱਸ ਦੇ ਕਿ ਜੱਸੀ ਗਿੱਲ ਇਸ ਮੂਵੀ ਵਿੱਚ ਇੱਕ ਫੈਮਿਲੀ ਮੈਨ ਹੋਣਗੇ। ਆਓ ਫਿਰ ਤੁਸੀਂ ਚੈੱਕ ਕਰੋ ਇਸ ਮੂਵੀ ਦੇ ਰਿਲੇਟਡ ਕੁਝ ਪਿਕਚਰਸ। ਇੱਥੇ ਹੁਣ ਜੇ ਮੈਂ ਗੱਲ ਕਰਾਂ ਜੱਸੀ ਗਿੱਲ ਦੀ ਸਿੰਗਿੰਗ ਦੀ, ਜਿਸ ਤੋਂ ਉਹਨਾਂ ਨੇ ਪੰਜਾਬੀ ਇੰਡਸਟਰੀ ਵਿੱਚ ਆਪਣਾ ਪੈਰ ਰੱਖਿਆ ਸੀ, ਤੇ ਇੱਥੇ ਹੀ ਉਹਨਾਂ ਦਾ ਰੀਸੈਂਟਲੀ ਗਾਣਾ ਰਿਲੀਜ਼ ਹੋਇਆ ਹੈ ਅੱਲਾ ਵੇ, ਜਿਸ ਗਾਣੇ ਵਿੱਚ ਵੀ ਅਸੀਂ ਉਹਨਾਂ ਨੂੰ ਐਜ਼ ਅ ਫੈਮਿਲੀ ਮੈਨ ਦੇਖਿਆ, ਤੇ ਜਿੱਥੇ ਉਹਨਾਂ ਦੀ ਫੈਮਿਲੀ ਉਹਨਾਂ ਤੋਂ ਵਿਛੜ ਜਾਂਦੀ ਹੈ। ਸੋ ਉਹ ਸੌਂਗ ਜਿੰਨਾ ਖੂਬਸੂਰਤ ਸੀ, ਮੈਨੂੰ ਪੂਰੀ ਉਮੀਦ ਹੈ ਕਿ ਪੰਗਾ ਮੂਵੀ ਦੀ ਸਟੋਰੀ ਵੀ ਓਨੀ ਹੀ ਖੂਬਸੂਰਤ ਹੋਣ ਵਾਲੀ ਹੈ, ਤੇ ਜੱਸੀ ਗਿੱਲ ਆਪਣਾ ਕਰੈਕਟਰ ਬਾਖੂਬ ਤਰੀਕੇ ਨਾਲ ਨਿਭਾਉਣਗੇ। ਇਸ ਤੋਂ ਇਲਾਵਾ ਸਾਨੂੰ ਸਾਰਿਆਂ ਨੂੰ ਜੱਸੀ ਗਿੱਲ ਦੇ ਇੱਕ ਹੋਰ ਪ੍ਰੋਜੈਕਟ ਦੀ ਬੜੀ ਉਡੀਕ ਹੈ, ਜਿਹੜਾ ਪ੍ਰੋਜੈਕਟ ਉਹ ਰਿਲੀਜ਼ ਕਰਨ ਜਾ ਰਹੇ ਨੇ ਸੂਰਬੀ ਜੋਤੀ ਦੇ ਨਾਲ। ਤੁਹਾਨੂੰ ਸਾਰਿਆਂ ਨੂੰ ਯਾਦ ਤਾਂ ਹੋਣਾ ਹੀ ਹੈ ਕਿ ਰੀਸੈਂਟਲੀ ਸਾਡੇ ਨਾਲ ਜੱਸੀ ਗਿੱਲ ਵੱਲੋਂ ਇਹ ਅਨਾਊਂਸ ਕੀਤਾ ਗਿਆ ਸੀ ਕਿ ਉਹ ਸੂਰਬੀ ਜੋਤੀ ਦੇ ਨਾਲ ਕੋਈ ਸਰਪ੍ਰਾਈਜ਼ ਲੈ ਕੇ ਆ ਰਹੇ ਨੇ। ਸੋ ਇਹ ਦੇਖਣ ਲਈ ਵੀ ਅਸੀਂ ਬੜੇ ਬੇਸਬਰ ਹਾਂ ਕਿ ਉਹ ਸੂਰਬੀ ਜੋਤੀ ਦੇ ਨਾਲ ਕਿਹੜਾ ਸਰਪ੍ਰਾਈਜ਼ ਸਾਨੂੰ ਦਿੰਦੇ ਨੇ। ਬਾਕੀ ਮੈਂ ਤੇ ਉਹਨਾਂ ਦੇ ਸਾਰੇ ਹੀ ਪ੍ਰੋਜੈਕਟਸ ਦੇ ਲਈ ਹਮੇਸ਼ਾ ਹੀ ਐਕਸਾਈਟਡ ਰਹਿਣੀ ਹਾਂ, ਤੇ ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੀ ਪੰਗਾ ਫਿਲਮ ਵੀ ਸੁਪਰ ਹਿੱਟ ਜਾਵੇਗੀ, ਤੇ ਉਹ ਜਿਹੜਾ ਵੀ ਪ੍ਰੋਜੈਕਟ ਲੈ ਕੇ ਆਉਣਗੇ ਸੂਰਬੀ ਜੋਤੀ ਦੇ ਨਾਲ ਉਸ ਨੂੰ ਵੀ ਅਸੀਂ ਸਾਰੇ ਇੰਜੋਏ ਕਰਾਂਗੇ। ਸੋ ਇਸ ਪੋਸਟ ਨੂੰ ਦੇਖਣ ਤੋਂ ਬਾਅਦ ਮੈਂ ਤਾਂ ਬਹੁਤ ਐਕਸਾਈਟਡ ਹੋ ਗਈ ਹਾਂ ਬਿਗ ਬੌਸ ਦੇ ਘਰ ਵਿੱਚ ਜੱਸੀ ਗਿੱਲ ਨੂੰ ਅਤੇ ਕੰਗਨਾ ਰਨੌਤ ਨੂੰ ਦੇਖਣ ਲਈ। ਤੁਸੀਂ ਕਿੰਨੇ ਕੁ ਐਕਸਾਈਟਡ ਹੋ ਇਸ ਐਪੀਸੋਡ ਨੂੰ ਦੇਖਣ ਲਈ ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਪਡੇਟ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ gabru.com, ਪ੍ਰੈਸ ਦ ਬੈਲ ਆਈਕਨ ਟੂ ਨੈਵਰ ਮਿਸ ਅ ਵੀਡੀਓ ਫਰਮ ਗਬਰੂ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।